ਆਦੇ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸੁਖਨ ਅਤੇ ਸਾਦਗੀ ਦੋਵੇਂ ਭੈਣ ਭਰਾ ਹਨ ਦੋਨਾਂ ਦੀ ਸਕੂਲ ਨਾ ਪ੍ਰੀਖਿਆ ਖਤਮ ਹੋ ਗਈ ਹੈ ਹੁਣ ਉਹ ਦੋਨੋਂ ਘਰ ਦੇ ਕਿਚਨ ਗਾਰਡਨ ਵਿੱਚ ਖੇਡ ਰਹੇ ਹਨ ਜਿੱਥੇ ਉਹ ਖੇਡ ਰਹੇ ਹਨ ਖੂਬ ਮਸਤੀ ਕਰ ਰਹੇ ਹਨ ਉੱਥੇ ਵੱਖ-ਵੱਖ ਪੌਦਿਆਂ ਨਾਲ ਗੱਲਬਾਤ ਕਰ ਰਹੇ ਹਨ ਤੇ ਆਓ ਫਿਰ ਦੇਖਦੇ ਹਾਂ ਕਿ ਸੁਖਨ ਅਤੇ ਸਾਦਗੀ ਅਮਰੂਦਾ ਦੇ ਬੂਟਿਆਂ ਨਾਲ ਕੀ ਗੱਲਬਾਤ ਕਰਦੇ ਹਨ ਵੀਰੇ ਪੌਦੇ ਆਪਣੇ ਰਿਸ਼ਤੇਦਾਰਾਂ ਨੂੰ ਵਿਸਿਆਣ ਲੈਂਦੇ ਨੇ ਇਹ ਆਪਣੇ ਵਰਗੇ ਨੇ ਤੈਨੂੰ ਕਿਵੇਂ ਪਤਾ ਹੈ ਵੀਰੇ ਮੈਂ ਕਿਤਾਬ ਵਿੱਚ ਪੜਿਆ ਆਪ ਪਾਏ ਦੇ ਨਾਲ ਗੱਲਾਂ ਕਰੀਏ ਅਮਰੂਦਾਂ ਦੇ ਬੁੱਟਾ ਸਿੰਘ ਜੀ ਕੀ ਹਾਲ ਹੈ ਬੁੱਟਾ ਹਿੱਲਿਆ ਪੌਦਾ ਠੀਕ ਨਹੀਂ ਪੌਦਾ ਸਿੰਘ ਜੀ ਪਾਣੀ ਪੀਓਗੇ ਬੁੱਟਾ ਫੇਰ ਹਿੱਲਿਆ ਪੌਦਾ ਸਿੰਘ ਜੀ ਸਬਨ ਵਾਲਾ ਪਾਣੀ ਪੀਓਗੇ ਬੂਟਾ ਫੇਰ ਹਿੱਲਿਆ ਵੀਰ ਜੀ ਅਮਰੋਦਾ ਦਾ ਬੂਟਾ ਆਖਦਾ ਮੈਂ ਸਾਬਣ ਵਾਲਾ ਪਾਣੀ ਨਹੀਂ ਪੀਣਾ ਇਹਦੇ ਨਾਲ ਮੈਂ ਬਿਮਾਰ ਹੋ ਜਾਵਾਂਗਾ ਸਾਫ਼ ਪਾਣੀ ਪਿਓ ਕਿ ਪੌਦਾ ਸਿੰਘ ਜੀ ਹਾਂ ਹਾਂ ਸਾਦਗੀ ਨੇ ਟੁੱਟੀ ਤੋਂ ਸਾਫ਼ ਪਾਣੀ ਫੁਹਾਰੇ ਵਿੱਚ ਭਰਿਆ ਤੇ ਅਮਰੋਦਾ ਦੇ ਬੂਟੇ ਨੂੰ ਪਾ ਦਿੱਤਾ ਵੀਰੇ ਆਪਾਂ ਪੌਦੇ ਨੂੰ ਨਹਾਈਏ ਗੰਦਾ ਹੋਇਆ ਪਿਆ ਪਹਿਲਾਂ ਪੁੱਛਤਾ ਲਈਏ ਇਹਨੂੰ ਪੌਦਾ ਲਾਲ ਜੀ ਨਹਾਉਂਗੇ ਹਾਂ ਹਾਂ ਉਹ ਦੋਵੇਂ ਫੁਹਾਰੇ ਨਾਲ ਬੁੱਲਟੇ ਨੂੰ ਨਹਾਉਣ ਲੱਗੇ ਇੱਕ ਇੱਕ ਪੱਤਾ ਨਿਖਰ ਗਿਆ ਪੌਦਾ ਰਾਮ ਜੀ ਮਿੱਠੇ ਮਿੱਠੇ ਅਮਰੁੱਦਾਂ ਵਾਲੇ ਬੂਟਾ ਸਿੰਘ ਜੀ ਬੋਲੋ ਕੁਛ ਤੁਹਾਨੂੰ ਮੇਰੇ ਮੰਮੀ ਜੀ ਚੰਗੇ ਲੱਗਦੇ ਨੇ ਹਾਂ ਹਾਂ ਮੇਰੇ ਡੈਡੀ ਹਾਂ ਹਾਂ ਮੇਰੇ ਦਾਦੀ ਜੀ ਬਹੁਤ ਵਧੀਆ ਕਿਉਂ ਵੀਰੇ ਅਮਰੂਦਾਂ ਦਾ ਬੂਟਾ ਆਪਣੇ ਦਾਦਾ ਜੀ ਨੂੰ ਸਭ ਤੋਂ ਵੱਧ ਪਸੰਦ ਕਰਦਾ ਹੈ ਕਰੇ ਵੀ ਕਿਉਂ ਨਾ ਅਮਰੂਦਾਂ ਦੇ ਇਸ ਪੌਦੇ ਨੂੰ ਦਾਦਾ ਜੀ ਨੇ ਤਾਂ ਲਗਵਾਇਆ ਹੈ ਸੁਖਨ ਤੇ ਸਾਦਗੀ ਅਮਰੂਦਾਂ ਦੇ ਬੂਟੇ ਨਾਲ ਗੱਲਾਂ ਕਰ ਰਹੇ ਸਨ ਰਸੋਈ ਛੋਂ ਉਹਨਾਂ ਦੀ ਮੰਮੀ ਨੇ ਰੋਟੀ ਖਾਣ ਲਈ ਆਵਾਜ਼ ਮਾਰੀ ਸਾਦਗੀ ਨੇ ਭੋਲੇਪਨ ਨਾਲ ਕਿਹਾ ਮੰਮੀ ਜੀ ਅੱਜ ਸਾਡੇ ਨਾਲ ਅਮਰੋਦਾ ਦਾ ਬੋਟਾ ਵੀ ਰੋਟੀ ਖਾਊਗਾ ਪਿਆਰੇ ਬੱਚਿਓ ਘਰ ਦੇ ਕੰਮ ਵਿੱਚ ਤੁਸੀਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਬਹੁਤ ਹੀ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਪਰ ਲਿਖਣੇ ਹਨ ਅਤੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਤੁਸੀਂ ਯਾਦ ਵੀ ਕਰਨਾ ਹੈ ਬਹੁਤ ਬਹੁਤ ਤਨਵਾ